ਬਿਹਤਰੀਨ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਹਨ ਵਿੱਚ ਇੱਕੋ ਇੱਕ ਨਾਮ ਆਉਂਦਾ ਹੈ ਸੁਰਾ ਦੇ ਸਰਤਾਜ ਸਤਿੰਦਰ ਸਰਤਾਜ ਦਾ। ਸਰਤਾਜ ਨੇ ਆਉਣ ਵਾਲੀ ਫਿਲਮ ਇੱਕੋ ਮਿੱਕੇ ਬਾਰੇ ਦਾ ਟੀਵੀ ਐਨਾਲਾਈਜ਼ ਦੇ ਨਾਲ ਖਾਸ ਗੱਲਬਾਤ ਕੀਤੀ। ਤੁਸੀਂ ਵੀ ਸੁਣੋ ਸਤਿੰਦਰ ਸਰਤਾਜ ਦੇ ਨਾਲ ਹੋਈ ਖਾਸ ਗੱਲਬਾਤ। ਜਦੋਂ ਵੀ ਸ਼ਾਨਦਾਰ ਗਾਇਕੀ ਦੀ ਗੱਲ ਹੁੰਦੀ ਹੈ ਇੱਕੋ ਨਾਮ ਜ਼ਿਹਨ ਵਿੱਚ ਆਉਂਦਾ ਹੈ ਸਤਿੰਦਰ ਸਰਤਾਜ, ਜੋ ਅੱਜ ਮੇਰੇ ਨਾਲ ਨੇ ਚੰਡੀਗੜ੍ਹ ਪਹੁੰਚੇ ਨੇ ਫਿਲਮ ਨੂੰ ਇੱਕੋ ਮਿੱਕੀ ਫਿਲਮ ਨੂੰ ਪ੍ਰਮੋਸ਼ਨ ਲਈ। ਸਰਤਾਜ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਟੀਮ 'ਤੇ। ਪਹਿਲਾਂ ਤਾਂ ਇਹ ਜਾਣਨਾ ਚਾਹੂੰਗੀ ਕਿ ਜਿੱਦਾਂ ਦਾ ਫਿਲਮ ਦਾ ਕਨਸੈਪਟ ਹੈ, ਸੋਲਮੇਟਸ ਕਿ ਪਹਿਲਾਂ ਵੀ ਫਿਲਮ ਬਣ ਚੁੱਕੀ ਨੇ ਬਾਲੀਵੁੱਡ 'ਤੇ, ਹਮ ਤੁਮ ਹੋਵੇ, ਇਹ ਜਵਾਨੀ ਹੈ ਦੀਵਾਨੀ ਹੈ, ਇਹ ਫਿਲਮ ਸੋਲਮੇਟਸ ਫਿਲਮ ਕਿੱਦਾਂ ਦਾ ਓਵਰਆਲ ਐਕਸਪੀਰੀਅੰਸ? ਮੇਰੇ ਪਹਿਲੀ ਗੱਲ, ਦੂਸਰਾ ਇਹ ਕਿ ਇਹਦੇ ਵਿੱਚ ਇਹੋ ਜਿਹਾ ਐਲੀਮੈਂਟ ਹੈ ਜਾਂ ਟੂਲ ਹੈ ਯੂਜ ਕੀਤਾ ਸੋਸ਼ਲ ਰਿਲੇਸ਼ਨਸ਼ਿਪ ਜਾਂ ਫਿਜ਼ੀਕਲ ਜਾਂ ਰਿਲੇਸ਼ਨਸ਼ਿਪ ਨੂੰ ਸਮਝਣ ਦੇ ਲਈ, ਜਿਹੜਾ ਕਿ ਮੌਜੂਦਾ ਦੌਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਡੈਪਥ ਹੁੰਦੇ ਹਨ, ਜਿੱਥੇ ਰਿਸ਼ਤਿਆਂ ਦੀ ਨਹੀਂ ਹੈ, ਨਿਕਲੀ ਹੈ, ਨਿਕਲੀ ਹੈ, ਤਨਖਾਹ ਨਹੀਂ ਹੈ, ਲੌਕੀ ਨਹੀਂ ਹੈ, ਬਹੁਤ ਛੋਟੀ ਛੋਟੀ ਗੱਲਾਂ 'ਤੇ ਵਿਸ਼ਵਾਸ ਕਰਨਾ ਕੁਝ ਵਜ੍ਹਾ ਲੱਗਦੀ ਹੈ। ਜਿੰਨਾ ਵੀ ਸਲਿਊਸ਼ਨ ਸਾਡੇ ਕੋਲ ਦਿਮਾਗ ਕੰਮ ਕਰਦਾ ਸਲਿਊਸ਼ਨ ਦੇ ਦਿੰਦਾ। ਦਲੀਪ ਸਿੰਘ ਬਲੈਕ ਪ੍ਰਿੰਸ ਤੋਂ ਬਾਅਦ ਸਰਕਾਰ ਦਾ ਅਲੱਗ ਹੀ ਰੂਪ ਇਸ ਫਿਲਮ 'ਚ ਦੇਖਣ ਨੂੰ ਮਿਲਦਾ। ਤੁਸੀਂ ਕੁੜੀ ਦੀ ਆਤਮਾ ਚੇਂਜ ਹੋਏ, ਕਿੱਦਾਂ ਕੁੜੀ ਬਣ ਗਈ ਗੱਲ ਕੁੜੀ ਨਹੀਂ ਬਣੀ, ਤੁਹਾਡਾ ਪ੍ਰੋਸਪੈਕਟ ਚੇਂਜ ਹੋਇਆ ਕਿ ਇੱਕ ਔਰਤ ਦੇ ਨਾਲ ਵੀ ਤੁਸੀਂ ਦੇਖਦੇ ਹਾਂ ਕਿ ਸਾਡੀ ਵਜ੍ਹਾ ਇਹ ਪਰਸਨਲੀ ਫੀਲ ਕਰਦਾ ਕਿ ਜਦੋਂ ਵੀ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਯਾਰ ਔਰਤ ਦੇ ਅਤੇ ਬਾਕੀ ਹੋਣੇ ਚਾਹੀਦੇ, ਬਲਕਿ ਜ਼ਿਆਦਾ ਹੋਣੇ ਚਾਹੀਦੇ ਮੇਰੇ ਕਹਿਣ ਕਿਉਂਕਿ ਕੁਛ ਇਹੋ ਚੀਜ਼ਾਂ ਨੇ ਜਿਹੜੀਆਂ ਔਰਤਾਂ ਨੂੰ ਬਹੁਤ ਹੀ ਮੈਨੇਜ ਕਰਨੀਆਂ ਪੈਂਦੀਆਂ, ਮੁਸ਼ਕਿਲਾਂ ਨੇ ਜਿਹੜੀਆਂ ਲੋਕਾਂ ਨੂੰ ਦੱਸ ਨਹੀਂ ਸਕਦੀਆਂ, ਬਾਵਜੂਦ ਇਸ ਦੇ ਉਹ ਖੁਸ਼ ਰਹਿ ਕੇ ਲੋਕਾਂ ਘਰ ਨੂੰ ਦੱਸ ਅਤੇ ਪਰਿਵਾਰ ਨੂੰ ਦੱਸ ਰੱਖਦੀਆਂ ਨੇ। ਸੋ ਮੈਂ ਮੇਰਾ ਪਰਸਨਲ ਥੋਟ ਆਪਣਾ ਜਿਹੜਾ ਕਿ ਜਿੰਨਾ ਅਸੀਂ ਵੀਕ ਦੇ ਉਹਨਾਂ ਨੂੰ ਖੁਸ਼ ਰੱਖੀਏ, ਉਹਨਾਂ ਨੂੰ ਖੁਸ਼ ਦੇ ਸਕੀਏ, ਉਹਨਾਂ ਹੀ ਕਰਦੇ। ਅੱਜ ਕੱਲ੍ਹ ਜੇ ਮੇਰੇ ਸੰਗੀਤ ਦੀ ਗੱਲ ਕਰੀਏ ਤਾਂ ਰੀਮਿਕਸ ਤੁਹਾਨੂੰ ਲੱਗਦਾ ਕਿ ਜਿਹੜੀ ਰਿਐਲਿਟੀ ਹੈ ਪਿਓਰਨੈਸ ਤੋਂ ਖਤਮ ਹੋ ਰਹੀ ਹੈ ਪੁਰਾਣੇ ਗਾਣਿਆਂ ਨੂੰ ਰੀਮਿਕਸ ਜਿੱਦਾਂ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ, ਪਹਿਲਾਂ ਦਾ ਸੰਗੀਤ ਹੁੰਦਾ ਸੀ ਬੰਦੇ ਦਾ ਮਨ ਖੁਸ਼ ਹੁੰਦਾ ਸੀ, ਹੁਣ ਬਹੁਤ ਸ਼ੋਰ ਸ਼ਰਾਬਾ ਹੈ, ਰੈਪ ਵੀ ਰੈਪ ਆ ਰਿਹਾ, ਪਰ ਕੀ ਵਿਚਾਰ ਜਿਹਨਾਂ ਨੂੰ ਹਾਲੇ ਵੀ ਕਹਿੰਦੇ ਤੁਹਾਡੀ ਕੈਮਿਸਟਰੀ ਅਦਿਤਿਆ ਸ਼ਰਮਾ ਵਾਲਾ ਉਹ ਟੀ ਵੀ ਵੀ ਕਰ ਚੁੱਕੇ ਨੇ, ਬਾਲੀਵੁੱਡ ਵੀ ਕੰਮ ਕਰ ਚੁੱਕੇ ਨੇ, ਲਾਟੂ ਵਰਗੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ, ਉਹਨਾਂ ਨਾਲ ਕਿੱਦਾਂ ਰਿਹਾ ਕੰਮ ਕਰਨਾ, ਕੈਮਿਸਟਰੀ ਕਿੰਨੀ ਪਸੰਦ ਪਤਾ ਲੱਗਿਆ ਹੋਇਆ, ਬਹੁਤ ਹੀ ਅਮੇਜ਼ਿੰਗ ਕੈਮਿਸਟਰੀ ਸਾਹਮਣੇ ਆ ਰਹੀ ਹੈ। ਜਿਵੇਂ ਸ਼ਾਹਰੁਖ ਖਾਨ ਸਾਹਿਬ ਦੀ ਸੀ ਅਤੇ ਇਹਦੇ ਆਪਣੇ ਆਪ ਬਹੁਤ ਵੱਡਾ ਕੰਪਲੀਮੈਂਟ ਆ, ਜਿਹੜੀ ਸਸਤੀਆਂ ਉਹਨਾਂ ਦੇ ਵਿੱਚ ਮੇਰੇ ਨਾਲ ਬਹੁਤ ਐਕਸਪੀਰੀਅੰਸ ਐਕਟਰ, ਉਹਨਾਂ ਨੇ ਬਹੁਤ ਜ਼ਿਆਦਾ ਤਰੀਕੇ ਦੀ ਗੱਲ ਕੀਤਾ, ਬਟ ਸ਼ੀ ਇਜ਼ ਸੱਚ ਅ ਮਾਰਵਲਸ ਐਕਟਰੈਸ। ਉਹਦੀ ਬਿਊਟੀ ਇਹ ਹੈ ਕਿ ਉਹ ਡਾਇਰੈਕਟਰ ਦੇ ਨਾਲ ਬਹੁਤ ਕੁਛ ਖਿੱਚ ਕਰਦੇ ਆ, ਉਹ ਵੀ ਕਰੈਕਟਰ ਤੋਂ ਡਾਇਲੋਗ ਤੋਂ ਕਿਹਾ ਸੀ ਬੋਲਾ ਕਿ ਅਸੀਂ ਉਹਦੀ ਬਿਊਟੀ ਕਿੰਨੀ ਪੂਰੀ ਕਰਦੇ ਹਾਂ, ਅਸਾਂ ਕਿਉਂ ਕਰਦੇ ਹਾਂ ਬਿਮਾਰੀ ਬਿਮਾਰੀ ਜੜ੍ਹ ਜਾਂਦੇ ਜਾਂਦੇ ਜਨਤਾ ਲਈ ਆਪਣੇ ਚੋਣ ਵਾਲੇ ਵੀ ਗਾਣਾ ਹੁੰਦੇ ਉਹ ਸਰਤਾਜ ਕਿੱਸਾ ਜੋੜ ਦੇ ਕੁਦਰਤਾਂ ਬਿਨਾਂ ਦੇ ਮਾਹੀ ਵੇਖਦਾ ਲੈ ਕੇ ਕਰੇ ਮੈਂ ਅਮਨ ਦੋਸਤੋ ਲਿਖੇ ਗਵਾਚਿਆਂ ਦਿਆਂ ਦਾ ਸਮਾਂ ਬੀਤਦਾ ਆਸਾਨੀ ਸਿਰਾ ਨਹੀਂ ਦਿਆਂ ਦਾ ਸੱਚੇ ਵੇਖਦਾ ਜਾਤਾ ਵੱਡੇ ਅਤੇ ਵਾਕ ਨਿੱਕੇ ਨਿੱਕੇ ਦੱਸੋ ਜਿਵੇਂ ਕੋਈ ਨਹੀਂ ਸੱਚੇ
ਆਏ ਸੀਗੇ ਮੇਰੇ ਨਾਲ ਸਤਿੰਦਰ ਸਰਤਾਜ ਜਿਨ੍ਹਾਂ ਨੇ ਔਰ ਵਾਲੀ ਫਿਲਮ ਬਾਰੇ ਬੜੀਆਂ ਦਿਲਚਸਪ ਗੱਲਾਂ ਕੀਤੀ ਸੀ। ਐਂਡਿੰਗ ਵੀ ਆਡੀਅੰਸ ਨੂੰ ਗਾਣਾ ਸੁਣਾ ਕੇ ਕੀਤਾ, ਬਣੇ ਰਹੋ NRI TV ਨਾਲ। ਚੰਡੀਗੜ੍ਹ ਤੋਂ ਬੀਨੂ ਸ਼ਰਮਾ ਦੀ ਰਿਪੋਰਟ ਤੇ TV NRI।